ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ। ਮੈਂ ਨਿਤਿਕਾ ਲੈ ਕੇ ਹਾਜ਼ਰ ਹਾਂ ਖਬਰਨਾਮਾ ਤੇ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਸੁਰਖੀਆਂ ਤੇ। ਡਾਕਟਰ ਦੀ ਲਾਪਰਵਾਹੀ ਦੇ ਕਾਰਨ ਔਰਤ ਨੂੰ ਗਵਾਉਣੀ ਪਈ ਜਾਨ, ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ। ਦੀਨਾਨਗਰ ਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਜਤਾਇਆ ਰੋਸ ਪ੍ਰਦਰਸ਼ਨ, ਪ੍ਰਦਰਸ਼ਨ ਵਿੱਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੀ ਰਹੇ ਸ਼ਾਮਲ। ਬਟਾਲਾ ਵਿੱਚ ਰਵਿਦਾਸ ਭਾਈਚਾਰੇ ਦੇ ਸ਼ਰਧਾਲੂਆਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਲਾਇਆ ਪੁਤਲਾ। ਪੰਜਾਬ ਦੀਆਂ ਜੇਲ੍ਹਾਂ ਵਿੱਚ ਮਨਾਇਆ ਗਿਆ ਰੱਖੜੀ ਦਾ ਤਿਉਹਾਰ, ਜੇਲ੍ਹਾਂ 'ਚ ਬੰਦ ਭਰਾਵਾਂ ਅਤੇ ਭੈਣਾਂ ਵੱਲੋਂ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦਾ ਕੀਤਾ ਗਿਆ ਧੰਨਵਾਦ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਰ ਰਹੇ ਹਨ ਬਾਰੀਕੀ ਨਾਲ ਜਾਂਚ, ਮਾਮਲਾ ਜੇਲ੍ਹ ਅੰਦਰ ਮੋਬਾਈਲ ਪਹੁੰਚਣ ਦਾ। ਹੁਣ ਖਬਰਾਂ ਵਿਸਤਾਰ ਨਾਲ। ਲੋਕਾਂ ਦੁਆਰਾ ਡਾਕਟਰਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ, ਪਰ ਕੁਝ ਡਾਕਟਰ ਅਜਿਹੇ ਹੁੰਦੇ ਨੇ ਜੋ ਆਪਣੇ ਜ਼ਮੀਰ ਨੂੰ ਵੇਚ ਕੇ ਸਿਰਫ ਪੈਸਾ ਕਮਾਉਣ ਵਿੱਚ ਲੱਗੇ ਹੋਏ ਨੇ ਅਤੇ ਡਾਕਟਰੀ ਪੇਸ਼ੇ ਨੂੰ ਪੂਰੀ ਤਰ੍ਹਾਂ ਨਾਲ ਬਦਨਾਮ ਕਰਕੇ ਰੱਖਿਆ ਹੋਇਆ, ਜਿਸ ਦੇ ਚੱਲਦੇ ਇਮਾਨਦਾਰ ਡਾਕਟਰਾਂ ਦਾ ਪੇਸ਼ਾ ਵੀ ਦਾਅ 'ਤੇ ਲੱਗਿਆ ਹੋਇਆ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਊਧਮ ਸਿੰਘ ਵਾਲਾ ਦਾ ਸਾਹਮਣੇ ਆਇਆ, ਜਿੱਥੇ ਪਿੰਡ ਕੁਲਾਰ ਖੁਰਦ ਦੇ 50 ਸਾਲਾ ਚੰਗੀ ਭਲੀ ਸੁਖਦੇਵ ਕੌਰ ਸਕਿਨ ਦੀ ਦਵਾਈ ਲੈਣ ਗਈ ਅਤੇ ਉਸ ਸਮੇਂ ਅਜਿਹੀ ਮਹਿੰਗੀ ਪਈ ਕਿ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਆਪਣੀ ਜਾਨ ਤੋਂ ਉਸਨੂੰ ਹੱਥ ਧੋਣੇ ਪਏ। ਹਾਲਾਂਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਜਦੋਂ ਪਿੰਡ ਵਾਲਿਆਂ ਦੇ ਨਾਲ ਮਿਲ ਕੇ ਲਾਸ਼ ਨੂੰ ਡਾਕਟਰ ਦੇ ਹਸਪਤਾਲ ਦੇ ਅੱਗੇ ਤਰਾਕ ਕੇ ਧਰਨਾ ਪ੍ਰਦਰਸ਼ਨ ਕੀਤਾ ਤਾਂ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਪੁਲਿਸ ਨੇ ਮ੍ਰਿਤਕ ਦੇ ਭਾਣਜੇ ਗੁਰਤੇਜ ਸਿੰਘ ਦੇ ਬਿਆਨ ਤੇ ਡਾਕਟਰ ਅਸ਼ੋਕ ਫੁੱਲ ਤੇ ਉਸਦੇ ਸਟਾਫ ਤੇ ਧਾਰਾ 304A ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੈਸੇ ਬਜ਼ੁਰਗਾਂ ਨੇ ਸੱਚ ਹੀ ਕਿਹਾ, ਨਾ ਬਾਪ ਬੜਾ ਨਾ ਭਈਆ ਸਭਸੇ ਬੜਾ ਰੁਪਈਆ। ਜੀ ਹਾਂ, ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਵੀ ਇਸੇ ਕਹਾਵਤ ਦੇ ਉੱਤੇ ਸਹੀ ਟੁਕਦਾ ਤੇ ਪਰਿਵਾਰ ਵਾਲਿਆਂ ਨੇ ਮੀਡੀਆ ਨੂੰ ਜਦੋਂ ਜਾਣਕਾਰੀ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਡਾਕਟਰ ਅਸ਼ੁਮਾਨ ਫੁੱਲ ਦੇ ਅਸ਼ੋਕ ਫੁੱਲ ਦੇ ਬੇਟੇ ਨੇ ਹਾਰਟ ਕੇਅਰ ਸੈਂਟਰ ਵਿੱਚ ਜੋ ਲੁੱਟ ਮਚਾ ਰੱਖੀ ਹੈ ਉਸਦਾ ਕੋਈ ਕਹਿਣਾ ਨਹੀਂ। ਗਰੀਬਾਂ ਨੂੰ ਮਿੱਠਾ ਬਣਾ ਕੇ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਕਹਿੰਦੇ ਨੇ ਕਿ ਵੀਰ ਜੀ ਤੁਹਾਡਾ ਮਰੀਜ਼ ਬਹੁਤ ਸੀਰੀਅਸ ਹੈ, ਇਹ ਕਹਿ ਕੇ ਬਹੁਤ ਜ਼ਿਆਦਾ ਡਰਾਉਂਦੇ ਨੇ ਅਤੇ ਆਪਣੇ ਹਾਰਟ ਸੈਂਟਰ ਵਿੱਚ ਭਰਤੀ ਕਰ ਲੈਂਦੇ ਨੇ ਅਤੇ ਬਾਅਦ ਵਿੱਚ ਮਰੀਜ਼ ਦੇ ਉਹਨਾਂ ICU ਵਿੱਚ ਰੱਖਣ ਨੂੰ ਕਹਿੰਦੇ ਨੇ ਅਤੇ ਕਈ ਦਿਨ ਬਾਅਦ ਹਾਰਟ ਸੈਂਟਰ ਵਿੱਚ ਰੱਖਣ ਦੇ ਬਾਅਦ ਲੱਖਾਂ ਹਜ਼ਾਰਾਂ ਦਾ ਬਿੱਲ ਅਦਾ ਕਰਨ ਨੂੰ ਕਹਿੰਦੇ ਨੇ ਅਤੇ ਗਰੀਬ ਲੋਕਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਡਾਕਟਰ ਅਸ਼ੁਮਨ ਫੁੱਲ ਦੀ ਡਿਗਰੀਆਂ 'ਤੇ ਸਵਾਲ ਖੜੇ ਕੀਤੇ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਾਕਟਰ ਕਸ਼ਮੀਰੀ ਹਾਰਟ ਸੈਂਟਰ ਦੀ ਹਸਪਤਾਲਾਂ ਵਿੱਚ ਲੱਗੇ ਪ੍ਰੈਸ ਦੀਆਂ ਸਟਿੱਕਰਾਂ ਦੀ ਜਾਂਚ ਕੀਤੀ ਜਾਵੇ। ਦੂਸਰੇ ਪਾਸੇ ਜਦੋਂ ਕਸ਼ਮੀਰੀ ਹਾਰਟ ਕੇਅਰ ਸੈਂਟਰ ਦੇ ਮਾਲਕ ਡਾਕਟਰ ਅਸ਼ੁਮਨ ਫੁੱਲ 'ਤੇ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਡਾਕਟਰ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਜਦੋਂ SHO ਨਿਰਪਾਲ ਸਿੰਘ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਨੇ ਕੈਮਰੇ ਦੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਜੋ ਵੀ ਕੋਈ ਜਾਣਕਾਰੀ ਲੈਣੀ ਹੈ ਕੈਮਰੇ ਤੋਂ ਬਗੈਰ ਦੇ ਸਕਦੇ ਨੇ। ਫਿਰ ਉਹਨਾਂ ਨੇ ਦੱਸਿਆ ਕਿ ਡਾਕਟਰ ਅਸ਼ੋਕ ਫੁੱਲ ਤੇ ਉਸਦੇ ਸਟਾਫ ਤੇ ਵੀ ਧਾਰਾ 304A ਦਾ ਮਾਮਲਾ ਦਰਜ ਕੀਤਾ ਗਿਆ ਤੇ ਆਰੋਪੀ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਕਲਾਰ ਖੁਰਦ ਦਾ ਰਹਿਣ ਵਾਲਾ। ਕੀ ਹੋਇਆ ਸੀ ਜੀ ਜਿਹੜਾ ਡਾਕਟਰ ਕਸ਼ਮੀਰੀ ਦੇ ਤੁਸੀਂ? ਮੇਰੀ ਮਾਸੀ ਜੀ ਸੀ ਜੀ, ਔਰ ਉਹਨੂੰ ਚਮੜੀ ਦਾ ਕੋਈ ਪ੍ਰੋਬਲਮ ਦੀ ਹੱਥਾਂ ਪੈਰਾਂ ਦੀ, ਉਹ ਕਸ਼ਮੀਰੀ ਡਾਕਟਰ ਦੇ ਦਵਾਈ ਚੱਲਦੀ ਹੋਈ ਤਾਂ 15 ਤੋਂ 20 ਦਿਨ ਪਹਿਲਾਂ ਦੀ, ਉਹ ਮੇਰੀ ਮਾਸੀ ਦੇ ਦੂਜੇ ਬੇਟੇ ਨੂੰ ਨਾਲ ਲੈ ਕੇ ਦਵਾਈ ਲੈਣ ਗਈ ਸੀ। ਉੱਥੇ ਜੋ ਦਵਾਈ ਲੈਣ ਉਪਰੰਤ ਡਾਕਟਰ ਨੇ ਉਹਦੇ ਟੀਕਾ ਲਗਾਤਾ, ਟੀਕਾ ਐਸਾ ਗਲਤ ਲੱਗਿਆ ਜੀ, ਉਹਦੀ 1 ਮਿੰਟ 'ਚ ਹੀ ਬੇਹੋਸ਼ ਹੋ ਗਈ। ਬੇਹੋਸ਼ ਉਹ ਮੇਰੀ ਮਾਸੀ ਦੇ ਮੁੰਡੇ ਨੂੰ ਵੀ ਨਹੀਂ ਦੱਸਿਆ ਜਿਹੜਾ ਉਹਦੇ ਨਾਲ ਗਿਆ ਸੀਗਾ, ਅਸੀਂ ਉਠਾ ਕੇ ਲੈ ਆਏ ਉੱਥੋਂ ਆਪਦੇ ਬੇਟਾ ਜਿਹੜਾ ਉਰਾਂ ਹਾਰਟ ਸੈਂਟਰ ਬਣਾਇਆ ਹੋਇਆ ਕਸ਼ਮੀਰੀ ਹਾਰਟ ਸੈਂਟਰ, ਉੱਥੇ ਆ ਕੇ ਦਾਖਲ ਕਰਵਾ ਦੀ। ਉਸ ਤੋਂ ਬਾਅਦ 2 ਮਿੰਟਾਂ ਬਾਅਦ ਸਾਨੂੰ ਕਹਿੰਦੇ ਨੇ ਵੀ ਉਹਦਾ ਡੈਡ ਆ, ਡੈਡ ਆ, ਵੀ ਧੱਕਿਆਂ ਉਰੇ ਦਸਤਖਤ ਕਰੋ, ਅੰਗੂਠੇ ਲਾਓ, ਸਾਡਾ ਕੋਈ ਉਹ ਨਹੀਂ। ਪਰ ਸਾਨੂੰ ਐਂ ਆ ਵੀ ਉਹਨਾਂ ਨੇ ਗਲਤ ਟੀਕਾ ਲਾਇਆ, ਤਾਂ ਗਲਤ ਟੀਕਾ ਲੱਗਣ ਨਾਲੇ ਸਾਡੀ ਮਾਤਾ ਦੀ ਮੌਤ ਹੋਈ ਆ, ਸਾਨੂੰ ਇਨਸਾਫ ਮਿਲਣਾ ਚਾਹੀਦਾ, ਇਹ ਡਾਕਟਰ 'ਤੇ ਕਾਰਵਾਈ ਬਣਦੀ ਆ। ਅਤੇ ਤੁਸੀਂ ਕੀ ਕੀਤਾ ਫਿਰ ਉਸ ਤੋਂ ਬਾਅਦ? ਸਾਨੂੰ ਅਸੀਂ ਧਰਨਾ ਵੀ ਲਾਇਆ ਜੀ, ਅਸੀਂ ਮਾਤਾ ਦੀ ਲਾਸ਼ ਸੜਕ 'ਤੇ ਰੱਖ ਕੇ ਧਰਨਾ ਵੀ ਲਾਇਆ, ਸਾਡੀ ਪਹਿਲਾਂ ਸੁਣੀ ਨਹੀਂ ਯਾਰ। ਅਤੇ ਇਹ ਤੋਂ ਇਲਾਵਾ ਤੁਹਾਨੂੰ ਹੋਰ ਵੀ ਕੁਛ ਸੁਣਨ ਨੂੰ ਮਿਲ ਰਿਹਾ? ਸਾਨੂੰ ਬਹੁਤ ਕੁਛ ਸੁਣਨ ਨੂੰ ਮਿਲ ਰਿਹਾ ਜੀ, ਸਾਡੇ ਲਵੇ 10-20 ਬੰਦੇ ਹੋਰ ਵੀ ਆਏ, ਉੱਥੇ ਵੀ ਇੱਕ ਮਰੀਜ਼ ਸੀਗਾ ਉਹ ਵੀ ਅਸੀਂ ਨੇ ਛੁਡਵਾਇਆ, ਜਿਹੜਾ ਇਹਨੇ ਬੰਨ ਰੱਖਿਆ ਸੀਗਾ ਅੰਦਰ, ਮਾਨਸਾ ਤੋਂ ਸੀਗਾ, ਇੱਕ ਮਾਤਾ ਸੀ ਬਹੁਤ ਗਰੀਬ, ਉਹਦੇ ਘਰ ਵਾਲੇ ਸੀਗਾ, ਉਹਨੂੰ ਵੀ ਬੰਨ ਬਸ ਪੈਸੇ ਦੇ ਕਰਕੇ ਮੈਨੂੰ 35,000 ਰੁਪਇਆ ਦਿਓ, ਉਹਨਾਂ ਨੇ 35 ਦਿੱਤਾ, ਕਹਿੰਦਾ 20 ਹੋਰ ਦਿਓ ਫਿਰ ਡਿਸਚਾਰਜ ਕਰੂੰਗਾ, ਪਰ ਉਹ ਨਹੀਂ ਕਰ ਰਿਹਾ ਸੀਗਾ। ਫਿਰ ਜਦੋਂ ਪੱਤਰਕਾਰ ਭਾਈਚਾਰਾ ਆਇਆ ਉਦੋਂ ਉਹਨਾਂ ਨੇ ਆਉਣ ਦੀ ਮੌਜੂਦਗੀ ਦੇ ਵਿੱਚ ਛੱਡੀ ਆ ਉਹ ਉੱਥੋਂ।
दिल्ली विच श्री गुरु रविदास जी दे मंदिर दी तोड़ फोड़ दे बाद रोस दे तौर ते दीना नगर विच वड्डी संख्या विच दलित भाईचारे दे लोकां वल्लों केंद्र सरकार अते दिल्ली सरकार खिलाफ रोस प्रदर्शन कीता गया, जिस विच पंजाब दी कैबिनेट मंत्री अरुणा चौधरी ने भी इस रोस प्रदर्शन विच दलित भाईचारे दा पूरा सहयोग दिता। इस मौके ते प्रदर्शनकारियां वल्लों पठानकोट अमृतसर हाईवे ते चक्का जाम करके प्रदर्शन कीता गया। उधर ही इस रोस प्रदर्शन विच शामिल कैबिनेट मंत्री अरुणा चौधरी कहिंदे ने कि केंद्र दी सरकार ने दलित भाईचारे दे लोकां दे गुरु रविदास जी दा मंदिर तोड़वा के उन्हां दी भावनावां नूं ठेस पहुंचाई है, जिस करके पंजाब सरकार भी उन्हां दे इस दुख विच शामिल है। तो उन्होंने ये भी कहा कि दिल्ली विच एक बार फिर गुरु रविदास जी दा मंदिर बनाउण विच पूरा सहयोग किया जाएगा। सत्कारयोग श्री गुरु रविदास जी का मंदिर तोड़ के जो उन्होंने सिकंदर लोधी ने अज तो लगभग 500 साल पहला दान वजो जमीन दिती गई सी, वो मंदिर ढा के जो हाडे नाल जाती की है साडे लोगों नाल, उहदे लई साडे मना विच इन्ना रोस है कि साडा खून खोलदा वा कि साडे नाल धक्का होया। मोदी जी ऐ धक्का करके साडे नाल बहुत बेइंसाफी कर रहे हैं। इन्हां पिछे सिर्फ एक कबीला नहीं, सारे कबीले एकजुट हो के उन्हां दा सामना करनगे, क्योंकि साडे गुरु ने श्री गुरु ग्रंथ साहिब विच अपनी बाणी दर्ज करके साडा इन्ना मान, साडा लोकां विच इन्ना साडा मान इज्जत पैदा हो गई है जिदे करके अहीं बिल्कुल बर्दाश्त नहीं कर सकते। इस करके असी जे 21 अगस्त नूं दिल्ली जाना पे तो अं सारे इकट्ठे होकर जरूर जावांगे, तुगलकाबाद विच अपना रोस प्रदर्शन करांगे। इसलिए साडा जो संदेश है वो सुन लिया जाए, एदे ते गौर किया जाए। जे सानूं संघर्ष भुखे रहना पे तो उहदे लई भी भुखे रहांगे। और असं सारे ही इकट्ठे होके ये लड़ाई लड़नी है और जी दिल्ली की सरकार को झंझोड़ के चुकाना है कि ये चीज़ा जड़िया ने गुरु साहब की दया दिखा ये बर्दाश्त नहीं कितिया जाएगी और ये कान खोल के सुन लें कि साड़ी सरकार जी पंजाब सरकार है ये डट के खड़ी है और किसी भी तरह की गुरु साहब की दया की जड़ी बर्दाश्त नहीं कर। गुरदासपुर के बटाला विच रविदास समुदाय के यानी रविदास भाईचारे के हजारा श्रद्धालुओं वालों शहर के जबरदस्त प्रदर्शन किया गया। प्रदर्शनकारी सब तो पहला नहरू गेट विच इकट्ठे होए, जिस तो बाद प्रदर्शन गांधी चौंक विच रुक के देश के प्रधानमंत्री नरेंद्र मोदी का पुतला जलाया गया। इस दौरान कई थावां तो प्रदर्शनकारियों दी दुकानदारों ते चढ़ाप भी हो गई। गौरव दी दिल्ली कालकाजी इलाके विच प्राचीन यानी कि पुराने रविदास मंदिर कोर्ट के आदेश से तोड़ दिता गया, जिस दे बाद पूरे भारत में रविदास भाईचारे के संबंधित लोगों के आक्रोश यानी कि बहुत ज़्यादा रोष से गुस्सा वेखन मिल रहा है। नाल ही प्रदर्शनकारियों द्वारा देश के प्रधानमंत्री नरेंद्र मोदी को मुर्दाबाद के नारे लगाए गए। तो सेक्टर सरकार ने अपने नाँ पर जगह कर ली, जब वो अपने नाँ पर कर ली तो वो जाके सरकार ने भारतीय जनता पार्टी ने कब्जा कर लिया और दिल कोर्ट के केस लाता सुप्रीम कोर्ट के ते शुक्रवार वह फैसला हों ते रातों रात उ प्लेन करके तो उन्होंने लागू कर दिता जाता। 24 साल हो गए ने राम मंदिर कोर्ट के हाई कोर्ट के मतलब केस चलद्या कई वो विचोले पाए ने हाई राम मंदिर वास्ते, वो फैसला 24 साल के नहीं होया, ये 2 घंटे के मंदिर जरा प्लेन कर दिता गया। ये क्यों करते, इतना वितकरा क्यों किया जा रहा? जे रविदास समाज इकट्ठा हो गया तो एक लकड़ी लकड़ी खेर देगा, पत्थर मतलब पत्थर पत्थर खेर देगा। जय गुरुदेव, जय गुरु रविदास। अज बड़े दुखी हिरदे नाल असी इत्थे इकट्ठे होए हाँ, क्योंकि दिल्ली विखे साडा 600 साल पुराना रविदास महाराज जी का गुरद्वारा मंदिर से उठा दिता गया और मोदी सरकार को यह दसना चाहते हैं, मोदी जी जो दलित ने बड़े बढ़िया आराम ना रहिंदे ने, अगर इन्हों का खून कदे खोल गया कहते ये ना देखो सब कि दिल्ली पनाह कर दी जाएगी। नंबर 2, अगर साडा मंदिर नहीं बनता तो असी अपने अपने राम का मंदिर भी नहीं बन देवे। अभी कल ये सोचना पेगा, अभी सोचांगे, असी करांगे और बाकी जिदा बनाया जिदा तोड़िया उदा बनाओ केजरीवाल जी, और अपने नहीं दे फिर तुम भी अपने कल कोई साढ़े ना भाईचारा नहीं रहेगा।
जिन्हें भी साड़ा भाईचारा खत्म किया जाएगा। कल वोटों वास्ते तुम आना तो किसी ने नहीं मिलना, इस करके बेनती की जाती है कि जिदा ढाया उदा ही साडा मंदिर बनाया जाए। पंजाब दियां जेलां विच 15 अगस्त तो एक दिन पहला रखड़ी दे पवित्र त्यौहार मनाया जा रहा। 15 अगस्त नूं सरकारी छुट्टी अते लॉ एंड ऑर्डर नूं मुख रखदिआं इह त्यौहार जेलां अंदर मनाया जा रहा। सूबा सरकार वल्लों पंजाब दियां जेलां विच बंद भरावां दियां भैणां वल्लों रखड़ी दे त्यौहार नूं मद्देनज़र रखदिआं अज सारे दिन छुट्टी दित्ती गई तां जो भैणां जेलां विच जा के अपने भरा दी कलाई यानी कि गुट ते रखड़ी बन सकण। पूरे पंजाब दियां जेलां विच भैणां वल्लों अपने बंद किए जेलों में भरावों रखड़ी बन के इस पवित्र त्यौहार को बड़ी श्रद्धा पूर्वक नमखा मना रही ने, जिसके तहत नाभा के नवी जेल में भैणों वालों अपने भरावों रखड़ी बन के खुशी प्रकट की। इस मौके पर जेल में नज़रबंद भरा अजीत सिंह ने कहा कि सानू बहुत पछतावा है, गलत काम करके असी जेल में हाँ, मेरी भैन अज जेल में मैं रखड़ी बनने लिए आई है। इस मौके उस भरा ने कहा कि मैं प्रशासन का धन्यवाद करता जिन्होंने मेरी भैन को रखड़ी बनने का मौका दिता। इस मौके पर बंदी भरावां दी भैण काजल अते चरणजीत कौर ने कहा कि मैनू अपने भरा दी रखड़ी बन के बहुत खुशी मिली अते मैं सारे भरावां नू संदेश देना चाहुंदी हां कि कोई भी अपराध करके अपनी जिंदगी नू खराब ना करन ते परिवार दे एक मैंबर वल्लों कीते अपराध ने सारे ही परिवार नू परेशानी हुंदी है ते जेल प्रशासन अते पंजाब सरकार दा उन्होंने धन्यवाद भी किया। इस मौके नवी जेला जेल के सुपरटेंडेंट गुरचरण सिंह धालीवाल ने कहा कि पंजाब सरकार वल्लों जेलों विच रखड़ी का त्यौहार एक दिन पहला मनाया जा रहा है। अपना अजीत सिंह जी, असी एक मोटरसाइकिल इतने आ गए थे और मुंडे से गलती करके चलो इतने आ गए तो हूँ इतने आके सू अपना बहुत गलती का एहसास हो रहा। सर उन्हों का फिर भी बहुत धन्यवाद है कि साढ़े सारे घरद मिलाया जा रहा, साड़ी भैन आके रखड़ी का साढ़े सारा बन के गई है। बहुत सर का धन्यवाद जी, थैंक यू सर सा बहुत बहुत। हाँ सर ये तो असं गलत कर पर असी कुछ नहीं करेगा, असी जज साहब नूं मुंडे दस्या सब कुछ कि जिहड़ा एक मुंडा साडे नाल दा उहने गलत करिया सीगा, असी नैणा देवी माता मत्था टेकन जा रहे सीगे, उहने दस्या सारा कुछ दस्सदा सीगा कि हाँ जी आएं करके गल है जी। तो सर ने कहा कहिंदे कोई नहीं असी तुहाडा देखांगे जरूर, तो डी आई साहब नूं रिपोर्ट करी उन्होंने कुछ करिया, बाकी देखो साडा की फैसला आउंदा जी। परिवार नूं तां मुश्किल आउंदी है जी, बहुत ज़्यादा मुश्किल आ रही है जी, एक दा करिया वा सब नूं सारे चारां नूं भुगतना पिया बहुत ज़्यादा। ਵਧੀਆ ਕੀਤਾ ਗਿਆ, ਆਪਣੇ ਬ੍ਰਦਰ ਨੂੰ ਰੱਖੜੀ ਬੰਨ ਸਕੇ ਹਾਂ ਅਤੇ ਵਧੀਆ ਚਾਹ ਪਾਣੀ ਦਾ ਪ੍ਰੋਗਰਾਮ ਕੀਤਾ ਗਿਆ ਜੀ। ਤੁਹਾਨੂੰ ਲੱਗਦਾ ਵੀ ਇੱਕ ਪਰਿਵਾਰ ਦੇ ਵੱਲੋਂ ਗਲਤ ਕਦਮ ਚੁੱਕਿਆ ਸਾਰੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ? ਹਾਂਜੀ ਜੀ। ਤੁਸੀਂ ਸਮਝਾਇਆ ਵੀ ਹੈ ਬ੍ਰਦਰ? ਹਾਂਜੀ, ਛੋਟਾ ਬ੍ਰਦਰ ਅਸੀਂ ਸਮਝਾਇਆ ਵੀ ਹੈਗਾ ਕਿ ਅੱਗੇ ਤੋਂ ਆਹ ਚੀਜ਼ ਨਾ ਹੋਵੇ ਅਤੇ ਬਾਕੀਆਂ ਨੂੰ ਵੀ ਕਹਿੰਦੇ ਹਾਂ ਕਿ ਇਹੋ ਜਿਹੀ ਚੀਜ਼ਾਂ ਨਾ ਕਰਨ, ਅੱਗੇ ਫੈਮਿਲੀ ਨੂੰ ਪ੍ਰੋਬਲਮਸ ਆਉਂਦੀਆਂ। ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਵਧੀਆ ਇੰਤਜ਼ਾਮ ਹੈ, ਆਏ ਹੋਏ ਪਬਲਿਕ ਲਈ ਪਾਣੀ ਚਾਹ ਦਾ ਬਹੁਤ ਵਧੀਆ ਪ੍ਰਬੰਧ ਆ, ਬਹੁਤ ਜ਼ਿਆਦਾ ਸਲੀਕੇ ਦੇ ਨਾਲ ਬਿਠਾ ਕੇ ਬਹੁਤ ਰਿਸਪੈਕਟਫੁਲੀ ਰੱਖੜੀ ਬਣਵਾਈ ਜਾ ਰਹੀ ਹੈ ਵੀ ਕੋਈ ਵੀ ਸਾਨੂੰ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ। ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਵਧੀਆ ਇੰਤਜ਼ਾਮ ਕੀਤੇ ਹੋਏ ਨੇ। ਇੱਥੇ ਤਾਂ ਕੋਈ ਨਾ ਹੀ ਆਵੇ ਤਾਂ ਜ਼ਿਆਦਾ ਹੋਇਆ, ਪਰ ਚਲੋ ਸਾਨੂੰ ਉਮੀਦ ਨਹੀਂ ਸੀ ਇੰਨੀ ਵਧੀਆ ਬੰਨਣ ਦੇਣਗੇ। ਚਲੋ ਉਸ ਬਹੁਤ ਵਧੀਆ ਬੈਠ ਕੇ ਸਿੰਘ ਭਾਈ ਦੀ ਰੱਖੜੀ ਬੰਨ ਸਕੇ, ਮੂੰਹ ਮਿੱਠਾ ਕਰਾ ਸਕੇ, ਉਹਨੂੰ ਚੰਗੀ ਤਰ੍ਹਾਂ ਦੇਖ ਸਕੇ ਕੋਲ ਬੈਠ ਕੇ, ਅਸੀਂ ਤਹਿ ਦਿਲੋਂ ਪ੍ਰਸ਼ਾਸਨ ਦੇ ਬਹੁਤ ਬਹੁਤ ਧੰਨਵਾਦੀ ਹਾਂ। ਉਹ ਅਸੀਂ ਮੰਨਦੇ ਹਾਂ ਜੀ, ਸਾਡੇ ਸਾਰੇ ਪਰਿਵਾਰ ਨੂੰ ਭੁਗਤਣਾ ਪਈ ਹੈ ਇਹ ਗਲਤੀ, ਇਹੀ ਕੋਸ਼ਿਸ਼ ਕਰੋ ਇਸ ਰੱਬ ਨੂੰ ਵੀ ਇਹੀ ਕਹਿੰਦੇ ਵੀ ਇੱਥੇ ਤੋਂ ਸੁਧਰ ਕੇ ਹੀ ਬਾਹਰ ਨਿਕਲੇ। ਮੈਂ ਜੀ 302 ਦੇ ਬੱਚੇ ਦੇ ਆਏ। ਤੁਹਾਨੂੰ ਕਾਫੀ ਬੜਾ ਅਹਿਸਾਸ ਵੀ ਹੁੰਦਾ ਹੋਣਾ ਕਿ ਤੁਹਾਡਾ ਪਰਿਵਾਰ ਇੱਥੇ ਆ ਕੇ ਰੱਖੀ ਬਣਾ? ਹਾਂ ਜੀ, ਪਹਿਲਾਂ ਘਰਦੇ ਸਮਝਾਉਂਦੇ ਸੀਗੇ ਜੀ, ਹੁਣ ਬਸ ਹੀ ਕਰੇ ਜਾਂ ਨਾ ਕਰੇ ਜੀ ਉਹ ਤਾਂ ਹੁਣ ਰੱਬ ਨੂੰ ਹੀ ਪਤਾ ਜੀ, ਬਸ ਸਵੇਰੇ ਸਾਜਰੇ ਉੱਠਦੇ ਪੈਂਦੇ ਜੀ ਇਹੀ ਯਾਦ ਆਉਂਦਾ ਜੀ ਬਸ ਕਿ ਗਲਤ ਕੰਮ ਹੋ ਗਿਆ ਜੀ। ਹਾਂ ਜੀ, ਜ਼ਿੰਦਗੀ ਬਸ ਅੱਗੇ ਤੋਂ ਹੀ ਸਹੀ ਤਰੀਕੇ ਨਾਲ ਚੱਲਾਂਗੇ ਜੀ। ਅਸੀਂ ਇੱਕ ਮੋਟਰਸਾਈਕਲ ਦੇ ਇੱਥੇ ਆ ਗਏ ਸੀਗੇ ਜੀ, ਉਹਦੇ 'ਚ ਮੁੰਡੇ ਦੇ ਗਲਤੀ ਕਰਕੇ ਚਲੋ ਇੱਥੇ ਆ ਗਏ ਤਾਂ ਹੁਣ ਇੱਥੇ ਆ ਕੇ ਸਾਨੂੰ ਆਪਣਾ ਬਹੁਤ ਗਲਤੀ ਦਾ ਅਹਿਸਾਸ ਹੋ ਰਿਹਾ। ਸਰ ਉਹਨਾਂ ਦਾ ਫਿਰ ਵੀ ਬਹੁਤ ਧੰਨਵਾਦ ਹੈ ਕਿ ਸਾਡੇ ਸਾਰੇ ਘਰਦਿਆਂ ਨੂੰ ਸਾਡੇ ਨਾਲ ਮਿਲਾਇਆ ਜਾ ਰਿਹਾ, ਸਾਡੀ ਭੈਣ ਆ ਕੇ ਰੱਖੜੀ ਦਾ ਸਾਡੇ ਸਾਰਾ ਬੰਨ ਕੇ ਗਈ ਆ, ਬਹੁਤ ਸਰ ਦਾ ਧੰਨਵਾਦ। ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਜੀ, ਇੱਕ ਦਾ ਕਰਿਆ ਵਾ ਸਭ ਨੂੰ ਸਾਰਿਆਂ ਚਾਰਾਂ ਨੂੰ ਭੁਗਤਣਾ ਪਿਆ ਬਹੁਤ ਜ਼ਿਆਦਾ। ਅੱਜ ਅਸੀਂ ਭੈਣ ਅਤੇ ਭਰਾ ਦੇ ਇੱਕ ਪਵਿੱਤਰ ਰਿਸ਼ਤੇ ਨੂੰ ਜੋ ਪੂਰੇ ਪੰਜਾ ਆਪਣਾ ਇੰਡੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ,
ਅਸੀਂ ਅੱਜ ਵਿਸ਼ੇਸ਼ ਪ੍ਰਬੰਧ ਕੀਤੇ ਉਹਨਾਂ ਦੇ, ਉਹਨਾਂ ਨੂੰ ਅੰਦਰ ਡਿਊਟੀ ਦੇ ਵਿੱਚ ਉਹਨਾਂ ਦੀ ਮੁਲਾਕਾਤ ਕਰਵਾਵਾਂਗੇ। ਜਿਹੜਾ ਭਰਾ ਅਤੇ ਭੈਣ ਦਾ ਪਵਿੱਤਰ ਰਿਸ਼ਤਾ, ਉਹਦੇ ਵਿੱਚ ਕੋਈ ਵਿਘਨ ਨਾ ਆਵੇ, ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਅੱਜ ਜੇਲ੍ਹ ਦੇ ਅੰਦਰ ਪ੍ਰਬੰਧ ਕੀਤੇ ਆ, ਕਿਉਂਕਿ ਕੱਲ੍ਹ ਰੱਖੜੀ ਦਾ ਤਿਉਹਾਰ ਸੀਗਾ 15 ਅਗਸਤ ਨੂੰ। 15 ਅਗਸਤ ਦੀ ਸਿਕਿਉਰਿਟੀ ਰੀਜਨ ਹੋਣ ਕਰਕੇ ਅੱਜ ਅਸੀਂ ਇੱਕ ਦਿਨ ਐਡਵਾਂਸ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਹੈ ਵੀ ਉਹ ਆ ਕੇ ਆਪਣੇ ਇੱਥੇ ਰੱਖੜੀ ਮਨਾ ਸਕਦੇ ਆ। ਜਿਹੜੀ ਇੱਥੇ ਸਾਡੇ ਲੇਡੀਜ਼ ਨੇ, ਉਹਨਾਂ ਦੇ ਬ੍ਰਦਰ ਆਉਣਗੇ, ਉਹਨਾਂ ਨੂੰ ਬੁਲਾਵਾਂਗੇ, ਅਤੇ ਜਿਨ੍ਹਾਂ ਦੀਆਂ ਅੰਦਰ ਸਿਸਟਰ ਨੇ ਉਹ ਉਹਨਾਂ ਦੇ ਬਾਹਰੋਂ ਬ੍ਰਦਰ ਆਉਣਗੇ, ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਅਸੀਂ ਪ੍ਰਬੰਧ ਕੀਤੇ ਉਹਨਾਂ ਦੇ ਰੱਖੜੀ ਦਾ ਤਿਉਹਾਰ ਮਨਾਉਣਗੇ। ਟਾਈਮਿੰਗ ਹੋਊਗੀ ਸਾਡੀ 9 ਤੋਂ ਅਸੀਂ ਸ਼ੁਰੂ ਕੀਤਾ ਅਤੇ 5 ਵਜੇ ਤੱਕ ਰੱਖਾਂਗੇ, ਅਤੇ ਵਿੱਚ ਜਿਹੜੀ ਪਹਿਲਾਂ ਬ੍ਰੇਕ ਕਰਦੇ ਸੀਗੇ ਉਹ ਬ੍ਰੇਕ ਅਸੀਂ ਬੰਦ ਕਰ ਦਾਂਗੇ, ਕਿਉਂਕਿ ਉਹਦੇ ਵਿੱਚ ਕੋਈ ਦਿੱਕਤ ਨਾ ਆਵੇ। ਹਾਂ, ਚਾਹ ਦਾ ਵੀ ਅਸੀਂ ਪ੍ਰਬੰਧ ਕੀਤਾ ਹੋਇਆ ਹੈਗਾ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ, ਕਈ ਵਾਰੀ ਕੋਈ ਲੇਟ ਹੋ ਜਾਂਦਾ ਜਾਂ ਐਡਵਾਂਸ ਆ ਜਾਂਦਾ, ਉਹਨੂੰ ਚਾਹ ਦਾ ਅਸੀਂ ਪ੍ਰਬੰਧ ਰੱਖਿਆ ਹੋਇਆ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਬਤੌਰ ਜੇਲ੍ਹ ਮੰਤਰੀ ਉਹਨਾਂ ਨੇ ਜੇਲ੍ਹ ਦੀ ਵਿਵਸਥਾ ਵਿੱਚ ਕਈ ਸੁਧਾਰ ਕੀਤੇ ਨੇ ਅਤੇ ਬੀਤੇ ਕੁਝ ਦਿਨਾਂ ਵਿੱਚ ਸੈਂਕੜੇ ਮੋਬਾਈਲ ਫੜੇ ਗਏ ਨੇ ਜਿਨ੍ਹਾਂ 'ਤੇ ਕੇਸ ਵੀ ਦਰਜ ਕਰਾਏ ਗਏ ਨੇ, ਅਤੇ ਹੁਣ ਜੇਲ੍ਹ ਵਿੱਚ ਕੌਣ ਮੋਬਾਈਲ ਪਹੁੰਚਾਉਂਦਾ ਹੈ ਅਤੇ ਇਸ ਦੀ ਜਾਂਚ ਪੁਲਿਸ ਨੇ ਕਰਨੀ ਹੈ। ਉਹਨਾਂ ਨੇ ਕਿਹਾ ਕਿ ਲਾਪਰਵਾਹੀ ਵਰਤਣ 'ਤੇ ਉਹਨਾਂ ਨੇ ਕਈ ਜੇਲ੍ਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਰਖਾਸਤ ਵੀ ਕੀਤਾ। ਇਸ ਦੇ ਇਲਾਵਾ ਮੋਬਾਈਲ ਨੂੰ ਲੱਭਣ ਦੇ ਲਈ ਆਧੁਨਿਕ ਉਪਕਰਨਾਂ ਤੋਂ ਇਲਾਵਾ ਡਾਗ ਸਕੁਆਡ ਵੀ ਜੇਲ੍ਹਾਂ ਵਿੱਚ ਲਗਾਈ ਗਈ ਹੈ। ਅਤੇ ਰੰਧਾਵਾ ਅੰਮ੍ਰਿਤਸਰ ਦੇ ਮਾਲ ਰੋਡ ਸਥਿਤ ਕੰਨਿਆ ਸਕੂਲ ਦੇ ਸਮਰਾਟ ਸਕੂਲ ਦਾ ਉਦਘਾਟਨ ਕਰਨ ਦੇ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਅਤੇ ਇਸ ਦੌਰਾਨ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਕਰੀਬ 200 ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਜਾ ਰਹੀ ਹੈ ਅਤੇ ਇਸ ਸਕੂਲ ਵਿੱਚ ਇੰਗਲਿਸ਼ ਮੀਡੀਅਮ ਵੀ ਪੜ੍ਹਾਇਆ ਜਾਵੇਗਾ ਜਿਵੇਂ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਸਥਾਨ 'ਤੇ NRI ਭਾਈ ਵੀ ਪੂਰਾ ਸਹਿਯੋਗ ਕਰ ਰਹੇ ਨੇ ਅਤੇ ਰਾਜ ਸਭਾ ਸਦੱਸਯ ਯਾਨੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਪਠਾਨਕੋਟ ਵਿੱਚ ਅਵੈਧ ਮਾਈਨਿੰਗ ਦੇ ਬਾਰੇ ਵੀ ਉਹਨਾਂ ਨੇ ਕਿਹਾ ਅਤੇ ਇਸ ਸੰਬੰਧ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਸਰਕਾਰੀਆ ਸਖ਼ਤ ਕਾਰਵਾਈ ਕਰ ਰਹੇ ਨੇ ਅਤੇ SHO ਫੂਲਕਾ ਵੱਲੋਂ ਵੀ ਬਰਗਾੜੀ ਬੇਅਦਬੀ ਮਾਮਲੇ ਵੱਲੋਂ ਚੁੱਕੇ ਸਵਾਲ 'ਤੇ ਬਾਜਵਾ ਨੇ ਕਿਹਾ ਕਿ ਸਰਕਾਰ ਆਰੋਪੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ ਅਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ 'ਤੇ ਵੀ ਅਤੇ SIT ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ 'ਤੇ ਕਾਂਗਰਸ ਦਾ ਏਜੰਟ ਹੋਣ ਦੇ ਵੀ ਆਰੋਪ ਲਗਾਏ ਨੇ। ਅੱਜ ਪੰਜਾਬ ਦੇ ਵਿੱਚ ਲੋੜ ਹੈ ਕਿ ਜਿਹੜੇ ਗੌਰਮੈਂਟ ਦੇ ਸਕੂਲ ਨੇ, ਜਿਹੜੇ ਟੀਚਰ ਨੇ ਸਾਡੇ ਕੋਲ, ਮੇਰੇ ਖਿਆਲ ਵਨ ਆਫ ਦ ਬੈਸਟ ਟੀਚਰਸ ਜਿਹੜੇ ਨੇ ਗੌਰਮੈਂਟ ਸਕੂਲਾਂ ਦੇ ਵਿੱਚ ਨੇ, ਜੇ ਸਾਡਾ ਇੱਕ ਟ੍ਰੈਂਡ ਬਣ ਗਿਆ ਕਿ ਅਸੀਂ ਪ੍ਰਾਈਵੇਟ ਸਕੂਲਾਂ 'ਚ ਜਾਣ ਦਾ, ਅਤੇ ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਐਜੂਕੇਸ਼ਨ ਡਿਪਾਰਟਮੈਂਟ ਨੇ ਸਾਡੀ ਗੌਰਮੈਂਟ ਦੇ ਆਉਣ ਦੇ ਬਾਅਦ ਟੀਚਰਸ ਦੇ ਨੇ ਜੋ ਕੰਮ ਕੀਤਾ ਜਾਂ ਐਜੂਕੇਸ਼ਨ ਡਿਪਾਰਟਮੈਂਟ ਦੇ ਆਫਿਸਰਸ ਨੇ ਜੋ ਕੰਮ ਕੀਤਾ, ਇਹਦਾ ਰਿਜ਼ਲਟ ਔਰ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਨੇ ਉਹਨਾਂ ਦੀ ਬਿਲਡਿੰਗਸ, ਔਰ ਮੈਂ ਆਪਣੇ ਇਲਾਕੇ ਲਈ ਕਹਿ ਦਿੰਦਾ ਕਿ ਮੇਰਾ ਸਾਰਾ ਹੀ ਤਕਰੀਬਨ ਬਾਰਡਰ ਏਰੀਆ, ਅਤੇ ਅੱਜ ਉੱਥੇ ਜਿਹੜੇ ਪ੍ਰਾਇਮਰੀ ਸਕੂਲ ਨੇ ਉੱਥੇ ਪਹਿਲਾਂ ਨਾਲ ਸਟਰੈਂਥ ਜਿਹੜੀ ਆ ਕਾਫੀ ਜ਼ਿਆਦਾ ਵੱਧ ਗਈ ਆ। ਅਤੇ ਇਸੇ ਤਰੀਕੇ ਦੇ ਜਿਹੜੇ ਕੈਪਟਨ ਸਾਹਿਬ ਦਾ ਜੋ ਹੈਗਾ ਕਿ ਮੈਂ ਪੰਜਾਬ ਦੀ ਐਜੂਕੇਸ਼ਨ ਨੂੰ ਇੱਕ ਇਹੋ ਜਿਹੇ ਮੁਕਾਮ 'ਤੇ ਲੈ ਕੇ ਜਾਣਾ ਕਿ ਪੰਜਾਬ ਦੇ ਬੱਚੇ ਜਿਹੜੇ ਨੇ ਉਹ ਮਾਣ ਮਹਿਸੂਸ ਕਰ ਸਕਣ, ਅਤੇ ਉਹਦੇ ਵਿੱਚ ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਆ, ਅਤੇ ਜਿੱਦਾਂ ਆਪਾਂ ਇਹੋ ਹੀ ਕਹਿੰਦੇ ਕਿ ਦੋ ਚੀਜ਼ਾਂ 'ਚ ਐਜੂਕੇਸ਼ਨ ਔਰ ਹੈਲਥ ਦੇ ਵਿੱਚ ਸਾਨੂੰ ਕਰਨਾ ਚਾਹੀਦਾ, ਅਤੇ ਅਸੀਂ ਐਜੂਕੇਸ਼ਨ ਔਰ ਹੈਲਥ ਵਿੱਚ ਸਾਡਾ ਜਿਹੜਾ ਮੇਨ ਫੋਕਸ ਇਹੀ ਚੱਲ ਰਿਹਾ। 261 ਸਕੂਲ ਜਿਹੜੇ ਨੇ ਉਹ ਕੀਤੇ ਨੇ, ਟੋਟਲ ਜਿਹੜੇ 3500 ਸਕੂਲ ਜਿਹੜੇ ਉਹਨਾਂ ਨੂੰ ਕੀਤਾ ਜਾਏਗਾ। ਬਿਲਕੁਲ, ਸੈਕੰਡਰੀ ਸਕੂਲ ਜਿਹੜੇ ਨੇ ਉਹਨਾਂ ਦੇ ਬਿਲਡਿੰਗਸ, ਉਹਨਾਂ ਦੇ ਵਿੱਚ ਇਨਫਰਾਸਟ੍ਰਕਚਰ, ਉਹਨਾਂ ਦੇ ਜਿਹੜੇ ਡੈਸਕ ਵਗੈਰਾ ਜੋ ਵੀ, ਉਹ ਵੀ ਸਮਾਰਟ ਸਕੂਲ, ਮੇਰੇ ਖਿਆਲ 5-5 ਜਿਹੜੇ ਨੇ ਉਹਨਾਂ ਨੇ ਸਾਡੇ ਹਰ ਇਲਾਕੇ ਦੇ ਵਿੱਚ ਉਹ ਸਮਾਰਟ ਸਕੂਲ ਪਹਿਲਾਂ ਆਲਰੇਡੀ ਕੰਪਲੀਟ ਕਰ ਦਿੱਤੇ। ਅਤੇ ਮੇਰਾ ਖਿਆਲ ਹੈ ਕਿ ਉਹ ਹੁਣ ਬਹੁਤ ਪੁਰਾਣੀ ਗੱਲ ਹੋ ਗਈ ਆ, ਤੁਸੀਂ 2 ਸਾਲ ਪੁਰਾਣੀ ਗੱਲ ਕਰ ਰਹੇ ਹੋ। ਅੱਜ ਜਿਹੜੇ ਜਿੰਨੇ ਵੀ, ਮੈਂ ਆਪ ਬਾਰਡਰ ਦੇ ਉੱਪਰ ਹਾਂ, ਮੇਰਾ ਬਾਰਡਰ ਤਕਰੀਬਨ ਟੋਟਲ ਮੇਰਾ ਏਰੀਆ ਜਿਹੜੇ ਬਾਰਡਰ 0 ਲਾਈਨ ਤੱਕ ਮੇਰੇ ਸਕੂਲ ਨੇ, ਉਹਨਾਂ 'ਚ ਕਿਤੇ ਵੀ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ। ਹੁਣ ਜਾਂਦੇ ਇੱਕ ਨਜ਼ਰ ਹੈਡਲਾਈਨਸ 'ਤੇ। ਡਾਕਟਰ ਦੀ ਲਾਪਰਵਾਹੀ ਦੇ ਕਾਰਨ ਔਰਤ ਨੂੰ ਗਵਾਉਣੀ ਪਈ ਜਾਨ, ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ। ਦੀਨਾਨਗਰ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਜਤਾਇਆ ਰੋਸ ਪ੍ਰਦਰਸ਼ਨ, ਪ੍ਰਦਰਸ਼ਨ ਵਿੱਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੀ ਰਹੇ ਸ਼ਾਮਲ। ਬਟਾਲਾ ਵਿੱਚ ਰਵਿਦਾਸ ਭਾਈਚਾਰੇ ਦੇ ਸ਼ਰਧਾਲੂਆਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਲਾਇਆ ਪੁਤਲਾ। ਪੰਜਾਬ ਦੀਆਂ ਜੇਲ੍ਹਾਂ ਵਿੱਚ ਮਨਾਇਆ ਗਿਆ ਰੱਖੜੀ ਦਾ ਤਿਉਹਾਰ, ਜੇਲ੍ਹਾਂ 'ਚ ਬੰਦ
ਭਰਾਵਾਂ ਤੇ ਭੈਣਾਂ ਵੱਲੋਂ ਪੰਜਾਬ ਸਰਕਾਰ ਅਤੇ ਜੇਲ ਪ੍ਰਸ਼ਾਸਨ ਦਾ ਕੀਤਾ ਗਿਆ ਧੰਨਵਾਦ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਰ ਰਹੇ ਹਨ ਬਾਰੀਕੀ ਨਾਲ ਜਾਂਚ, ਮਾਮਲਾ ਜੇਲ ਅੰਦਰ ਮੋਬਾਈਲ ਪਹੁੰਚਣ ਦਾ। ਅੱਜ ਦੇ ਖਬਰਨਾਮਾ ਦੇ ਵਿੱਚ ਫਿਲਹਾਲ ਇੰਨਾ ਹੀ, ਹੁਣ ਮੈਨੂੰ ਦੇਵੋ ਇਜਾਜ਼ਤ, ਧੰਨਵਾਦ।